ਚੱਕ ਦੀ ਆ ਬੋਤੇ, ਇੱਧਰ ਦੀ ਆ ਕੇ ਚੱਕ ਦੀ ਆ ਦੇ। ਪੈਸੇ ਦੇ ਲਾਲਚ ਦਾ ਕੋਈ ਅੰਤ ਨਹੀਂ ਹੁੰਦਾ, ਘਰ ਵਾਲੀ ਇੱਕ ਇਹੋ ਜਿਹੀ ਸ਼ੈ ਆ ਇਹਦੇ ਜਿੰਨਾ ਕੋਈ ਚੰਟ ਨਹੀਂ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਅੱਜ ਫੇਰ ਅਸੀਂ ਹਾਜ਼ਰਾਂ ਇੱਕ ਹੋਰ ਨਵਾਂ ਵਲੌਗ ਲੈ ਕੇ। ਘਰ ਵਾਲੇ ਜਿੰਨਾ ਵੀ ਕੋਈ ਚੰਟ ਨਹੀਂ ਹੁੰਦਾ। ਵੈਸੀ ਜਾਨ ਵਧੀਆ ਲੱਗੀ ਮੇਰੀ ਗੱਲ, ਹਾਈ ਫਾਈ ਇੱਕ ਵਾਰੀ ਫੇਰ ਇਹਦੀ ਵੀ ਲੱਗੀ ਗੱਲ। ਬਾਪੂ ਦਾ ਚਮਚਾ ਬਣ। ਅੱਜ ਦਾ ਆਪਣਾ ਪਲਾਨ ਆ ਕਿ ਆਪਾਂ ਕਰਾਉਣੀ ਆ ਥਾਰ ਦੀ ਸਰਵਿਸ। ਆ ਜਿਹੜੇ ਨਾ ਵਿੱਚ ਦੇ ਕੀ ਚੇਨਾਂ ਪਾਈਆਂ ਹੋਈਆਂ ਨੇ, ਇਹ ਹੈਰੀ ਨੇ ਆਪਦੇ ਹੱਥਾਂ ਨਾਲ ਬਣਾਈਆਂ ਨੇ। ਰਣਸ਼ੇਰ ਤੋਂ ਲੁਕ ਲੁਕ ਕੇ ਆਇਆ ਵਾਂ, ਹੁਣ ਰੋਟੀ ਖਾਣ ਲੱਗਿਆ ਫਿਰ ਨਿਕਲਿਆ। ਚੱਲ ਵੀ ਰਾਣੀਏ, ਅੱਜ ਤੇਰਾ ਨਹਾਈ ਧੋਈ ਦਾ ਟਾਈਮ ਆ ਗਿਆ, ਸਪਾ ਦਾ ਟਾਈਮ ਆ ਗਿਆ, ਇਕੱਲਾ ਨਹਾਈ ਧੋਣਾ ਨਹੀਂ ਚੱਲਣਾ ਕੰਮ ਅੱਜ। ਏਜੰਸੀ ਚ ਆਉਂਦੇ ਹੀ 11:30 ਵੱਜ ਗਏ, ਸ਼ਾਮ ਹੋਣੀ ਤਾਂ ਲਾਜ਼ਮੀ ਆ। ਟਾਈਮ 5 ਵੱਜ ਗਏ, ਮੈਨੂੰ ਲੱਗਦਾ ਹਲੇ ਵੀ ਅੱਧਾ ਘੰਟਾ ਹੋਰ ਲਾ ਦੇਣਗੇ। ਮੈਂ 11:30 ਦਾ ਆਇਆ ਹੋਇਆ, ਹੈਗਾ ਮੌਕਾ ਹੀ ਆ ਵੈਸੇ ਇਹਨਾਂ ਦਾ। ਟਾਈਮ 5:36 ਹੋ ਗਏ, ਹੁਣ ਜਾ ਕੇ ਸਰਵਿਸ ਹੋਈ ਆ, ਬਸ ਹੋ ਗਏ ਬਾਈ। ਮੈਨੂੰ ਨਹੀਂ ਪਤਾ ਤੁਹਾਨੂੰ ਵੀ ਕਿਸੇ ਨੂੰ ਇੱਦਾਂ ਫੀਲ ਹੁੰਦਾ ਵਾ ਕਿ ਨਹੀਂ ਹੁੰਦਾ ਵਾ, ਜਦੋਂ ਵੀ ਮੈਂ ਗੱਡੀ ਦੀ ਸਰਵਿਸ ਕਰਾਉਣਾ ਏਜੰਸੀ 'ਚੋਂ ਬਾਹਰ ਕੱਢਦਾ, ਇੱਕ ਵਾਰ ਤਾਂ ਐਂ ਲੱਗਦਾ ਹੁੰਦਾ ਕਿ ਜਮਾਂ ਹੀ ਨਵੀਂ ਗੱਡੀ ਆ, ਜਮਾਂ ਹੀ ਨਵੀਂ ਗੱਡੀ ਆ। ਵੈਸੇ ਹੈ ਵੀ ਨਵੀਂ ਹੀ ਆ। ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ, ਮੇਰੇ ਯਾਰ ਦੋਸਤਾਂ ਨੇ ਸਾਰੀ ਮੈਂ ਮੈਨੂੰ ਬਹੁਤ ਟੱਚਣਾ ਕੀਤੀਆਂ, ਜਦੋਂ ਸਾਡੇ ਬਲੈਰੋ ਨੂੰ 15-16 ਸਾਲ ਹੋ ਗਏ ਸੀਗੇ, ਹਾਲੇ ਸਕੋਰਪੀਓ ਲਈ ਨਹੀਂ ਸੀਗੀ, ਉਦੋਂ ਹੀ ਮੈਂ ਨਾ ਬਲੈਰੋ ਨੂੰ ਨਵੀਂ ਗੱਡੀ ਕਹਿੰਦਾ ਹੁੰਦਾ ਸੀਗਾ, ਅਤੇ ਉਹਨਾਂ ਨੇ ਕਹਿਣਾ ਹਮੇਸ਼ਾ ਆਹ ਤਾਂ ਇਹਦੀ ਨਵੀਂ ਗੱਡੀ ਆ, ਨਵੀਂ ਗੱਡੀ। ਆਪਾਂ ਵੀ ਪਿਆਰੀਆਂ ਹੀ ਕਰੀਦਾ। ਸਿਰ ਚ ਬੱਜੂ ਮੰਜ ਚੱਕ ਲਿਆ, ਕੋਈ ਟਾਈਮ ਹੁੰਦਾ ਸੀ ਮੇਰੇ ਨਾਲ ਕੋਈ ਨਾ ਕੋਈ ਜਾਣਾ ਹੁੰਦਾ ਹੀ ਸੀ, ਜਾਂ ਮਾਸਟਰ ਹੁੰਦਾ ਸੀ, ਜਾਂ ਸਨੀ ਹੁੰਦਾ ਸੀ, ਜਾਂ ਪੰਮਾ ਹੁੰਦਾ ਸੀ, ਕਦੇ ਵਰਿੰਦਰ ਹੁੰਦਾ ਸੀ। ਅੱਜ ਵਰਿੰਦਰ ਵੀ ਸੀਗਾ, ਬਾਕੀ ਸਾਰਿਆਂ ਦਾ ਬਾਹਰ ਹੀ ਆ। ਸਨੀ ਵੀ, ਮਤਲਬ ਸਨੀ ਇੰਡੀਆ 'ਚ, ਸਨੀ ਵੀ ਅੱਜ ਚੰਡੀਗੜ੍ਹ ਵਾਲਾ ਸੀਗਾ, ਮਤਲਬ ਆਪਣੇ ਇੱਥੋਂ ਆਪਣੇ ਏਰੀਏ 'ਚੋਂ ਬਾਹਰ ਸੀਗਾ। ਅਤੇ ਮੈਂ ਆਹੀ ਸੋਧਿਆ ਜਾਂਦਾ ਸੀਗਾ, ਅੱਜ ਮੈਨੂੰ ਏਜੰਸੀ 'ਚ 3 ਭਰਾ ਮਿਲੇ, ਮਤਲਬ 3 ਇੱਦਾਂ ਦੇ ਬੰਦੇ ਮਿਲੇ ਕਿ ਉਹਨਾਂ ਨੇ ਮੇਰਾ 3-4 ਘੰਟੇ ਪੂਰਾ ਜੀ ਲੋਈ ਰੱਖਿਆ। ਮੈਂ ਸੋਚ ਕੇ ਆਈ ਘਰੋਂ ਵੀ ਮੈਂ ਉੱਥੇ ਵੀਡੀਓ ਐਡਿਟ ਕਰੂੰਗਾ, ਪੂਰੇ ਹੈੱਡਫੋਨ ਲੈ ਕੇ ਸਾਰਾ ਕੁਛ, ਪਰ ਉੱਥੇ ਉਵੇਂ ਜੀ ਲੱਗ ਗਿਆ। ਤੂੰ ਜੁੱਤੀ ਹੁਣ ਤੇਰੀ ਚੂੰ ਚੂੰ ਕਰਦੀ ਰਹੂ, ਉਹ ਤੂੰ ਹੁਣ ਤਾਂ ਇਹ ਤਾਂ ਨਾ ਪੱਕਾ ਇੱਕ ਬੰਦਾ ਲਾਉਣਾ ਪੈਣਾ ਨਿਗਰਾਨੀ ਲਈ, ਕਦੇ ਇੱਧਰ ਨੂੰ ਭੱਜ ਲੈਂਦਾ, ਕਦੇ ਕੁਛ ਚੱਕ ਕੇ ਮੂੰਹ 'ਚ ਪਾ ਲੈਂਦਾ। ਇੱਧਰ ਆ, ਮੇਰੀ ਗੱਲ ਸੁਣ, ਇੱਧਰ ਗੱਲ ਸੁਣ, ਓਏ ਛਿੱਤਰ ਖਾਣੇ ਆ, ਹੁਣ ਵਾਈਪਰ ਵੀ ਚਾਹੀਦਾ ਵਾ, ਮੇਰੀ ਗੱਲ ਸੁਣ, ਕਿੱਥੇ ਪਊਗੀ ਮੰਜ਼ਰ, ਕਿੱਥੇ ਪਊ ਆ, ਕਿੱਥੇ ਪਊ ਪਹਿਲਾਂ ਦੱਸ, ਆ ਕਿੱਥੇ ਪਊ ਪ
ਪਵਨ ਵੀ ਉਹ ਚੀਜ਼ ਚੱਕ ਕੇ ਲੈ ਕੇ ਆਈ ਆ ਜਿਹੜੀ ਉਹਦੀ ਫੇਵਰੇਟ ਆ। ਅੱਜ ਸਾਨੂੰ ਇਹ ਦੋਨੇ ਜਾਣੇ ਮਿਲਣ ਆਏ ਨੇ। ਹਾਂਜੀ ਫਿਰ ਕਿੱਥੋਂ ਆਏ ਹੋ ਤੁਸੀਂ? ਤੁਹਾਨੂੰ ਨੀ ਪਤਾ ਤੁਸੀਂ ਕਿੱਥੋਂ ਆਏ ਹੋ? ਕਿੱਥੋਂ ਆਇਆ ਮੰਮਾ? ਵੀਰਾ ਬਾਹਰ ਗਿਆ। ਨਹੀਂ ਇਹਨੇ ਦੀਦੀ ਨੂੰ ਹੀ ਕਰਨੀ ਸੀ ਬਸ। ਹੈਲੋ ਕਰਦੇ ਬੀਏ ਨੂੰ। ਓ ਹਾਈ ਫਾਈ ਮੈਰਨ ਸ਼ੇਰ ਨੂੰ ਕਿਹਾ ਦੀਦੀ ਨੂੰ ਘਰ ਦਿਖਾ ਲਿਆ, ਉਂਗਲੀ ਫੜ ਕੇ ਤੁਰ ਪਿਆ। ਕਿੱਥੇ ਤੁਰਨ ਚੱਲੇ ਆ ਦਿਖਾ ਦੇ। ਟਰੈਕਟਰ ਕਿੱਥੇ ਆਪਣਾ ਦੱਸ ਦੇ। ਟਰੈਕਟਰ ਕਿੱਥੇ ਆਪਣਾ? ਟਰੈਕਟਰ ਕਿੱਥੇ ਆਪਣਾ ਦਿਖਾ ਦੇ। ਟਰੈਕਟਰ ਕਿੱਥੇ ਆ? ਇਹ ਆ ਦੇ, ਆ ਦੇ ਆਪਣਾ ਟਰੈਕਟਰ ਹੈ ਨਾ, ਆ ਦੇ ਟਰੈਕਟਰ। ਇਹ ਦੀਦੀ ਆਪਣਾ ਟਰੈਕਟਰ ਹੈ ਨਾ ਜੀ। ਕਿਹੜੀ ਮੱਕੀ ਗੁੱਡ ਕੇ ਆਇਆ ਪਿਆ? ਕੀ ਗੱਲ, ਬਾਹਲੀ ਥਕਾਵਟ ਹੋ ਗਈ ਹੈ? ਅੱਛਾ ਦੇਖੀ ਬਾਈ, ਆਜਾ ਚੱਲੀਏ ਚੱਲੀਏ, ਆਜਾ ਬਾਹਰ ਜਾਣਾ। ਹਿੰਮਤ ਨੀ ਹਾਰਦਾ ਮਾਂ ਦਾ ਪੁੱਤ, ਕਿਉਂ ਰੈਡੀ ਆ? ਨਹੀਂ ਜਾਣਾ ਬਾਹਰ। ਮੰਮੀ ਕਹਿੰਦੀ ਨਹੀਂ, ਮੰਮੀ ਕਹਿੰਦੀ ਨਹੀਂ ਜਾਣਾ ਬਾਹਰ। ਇੱਧਰ ਹੀ ਆ ਮੰਮਾ ਕੋਲੇ, ਬੈਠ ਇੱਥੇ ਬੈਠ ਇੱਥੇ ਬੈਠ, ਨਹੀਂ ਜਾਣਾ ਬਾਹਰ। ਚੱਲ ਬਾਏ ਕਰਦੇ ਮੰਮਾ ਫਿਰ। ਬਸ ਆਈ ਪੁੱਤ, ਮੈਂ ਵੀ 2 ਮਿੰਟਾਂ ਦੀ ਆਈ। ਰਣਸ਼ੇਰ ਥੱਲੇ ਆ ਜਾ, ਥੱਲੇ ਉਤਰੇ ਆ, ਕਹਿੰਦਾ ਇੱਥੇ ਹੀ ਬਹਿਣਾ ਵਾ ਪੌੜੀਆਂ ਦੇ ਗੱਬੇ ਜਿਵੇਂ। ਥੱਲੇ ਆ ਜਾ, ਆ ਜਾ, ਨਹੀਂ ਕਿਉਂ, ਆ ਜਾ ਪੁੱਤ। ਰਣਸ਼ੇਰ ਡੈਡੀ ਚੱਕ ਲਓ, ਚੱਕ ਲਓ ਡੈਡੀ, ਧੱਕੇ ਨਾਲ ਚੱਕ ਲਿਓ, ਇਹਨੇ ਤਾਂ ਹੀ ਕਰੀ ਜਾਣਾ ਵਾ। ਚੱਕ ਲਓ ਚੱਕ ਲਓ, ਤੇ ਫਿਰ ਮੈਂ ਆਉਣੀ ਆ, ਫਿਰ ਮੈਂ ਆਉਣੀ ਆ। ਰਣਸ਼ੇਰ ਨੂੰ ਮਸਾਂ ਪੌੜੀਆਂ ਤੋਂ ਥੱਲੇ ਤਾਰਿਆ ਵਾ, ਹੁਣ ਇਹਨੂੰ ਚੁੱਪ ਕਰਾ ਕੇ ਡੈਡੀ ਕੋਲੇ ਬਿਠਾਇਆ ਵਾ। ਅਸੀਂ ਜਾਣਾ ਲੁਧਿਆਣੇ, ਥੋੜਾ ਜਿਹਾ ਕੰਮ ਆ ਤੇ ਥੋੜਾ ਜਿਹਾ ਨਸ਼ੇਰ ਦਾ ਸਮਾਨ ਵੀ ਲੈ ਕੇ ਆਉਣਾ ਵਾ। ਤੇ ਪਿੰਦਰ ਇਧਰੋਂ ਗੱਡੀ ਸਟਾਰਟ ਕਰੀ ਬੈਠਿਆ ਤੇ ਬਾਹਰ ਕੱਢਣ ਲੱਗਿਆ। ਅੱਜ ਗੱਡੀ ਅੰਦਰੋਂ ਵੀ ਤੇ ਬਾਹਰੋਂ ਵੀ ਪੂਰੀਆਂ ਲਿਸ਼ਕਾਂ ਮਾਰਦੀ ਆ। 11,000 ਰੁਪਇਆ ਲੱਗਿਆ ਪੂਰਾ, ਜੇ ਹੁਣ ਮੈਂ ਲਿਸ਼ਕਾਂ ਮਾਰੂ ਫਿਰ ਤਾਂ ਬਸ ਕਿ ਫਿਰ ਕਦੋਂ ਮਾਰੂਗੀ ਹੈ। ਚਲੋ ਜੂ ਚਾਂਦੀ ਆਵਾਜ਼ ਵੀ ਸਾਰੀ ਹਟਾ ਦੇ। ਸਹੀ ਬਾਤ ਹੈ, ਟਾਕੀਆਂ ਟੁਕੀਆਂ ਫੁੱਲ ਟੈਟ ਕਰਾ ਦੀਏ। ਸਹੀ ਬਾਤ ਹੈ, ਅੱਜ ਐ ਲੱਗ ਰਹੀ ਹੈ ਜਿਵੇਂ ਨਵੀਂ ਗੱਡੀ ਹੁੰਦੀ ਹੋਵੇ। ਨਵੀਂ ਨਹੀਂ ਬਾਈ, ਹਲੇ ਸਿਰਫ 54,000 ਤਾਂ ਚੱਲੀ ਹੈ, ਸਿਰਫ ਬਸ ਸਿਰਫ ਹੀ 54,000 ਦੋ ਸਾਲਾਂ ਚ। ਆਪਣੇ ਲੁਧਿਆਣੇ ਅੱਜ ਇੱਕ ਮੀਟਿੰਗ ਸੀਗੀ, ਬਹੁਤ ਜਲਦੀ ਤੁਹਾਨੂੰ ਇੱਕ ਬਹੁਤ ਤਕੜਾ ਸਰਪ੍ਰਾਈਜ਼ ਦੇਣਾ, ਬਹੁਤ ਜਲਦੀ ਮਤਲਬ 2-3 ਮਹੀਨਿਆਂ 'ਚ। ਹੁਣ ਅਸੀਂ ਪਹੁੰਚ ਗਏ MBD ਮਾਲ, ਇੱਥੇ ਅਸੀਂ ਜਾਣਾ ਬੇਬੀ ਹੱਗ ਦੇ ਸ਼ੋਰੂਮ 'ਚ। ਇੱਕ ਰਣਸ਼ੇਰ ਵਾਲੀਆਂ ਸ਼ੀਸ਼ੀਆਂ ਲੈਣੀਆਂ ਨੇ ਅਤੇ ਉਹਦੇ ਲਈ ਕੱਪੜੇ ਲੈਣੇ ਥੋੜ੍ਹੇ ਜਿਹੇ।
ਹਾਂਜੀ ਇੱਕ ਸਰਪ੍ਰਾਈਜ਼ ਹੋਰ ਆ ਉਹ ਥੋੜੇ ਦਿਨਾਂ ਤੱਕ ਹੀ ਮਿਲ ਜੂਗਾ ਹਾਂਜੀ ਮਤਲਬ 3-4 ਦਿਨਾਂ ਤੱਕ ਹਾਂਜੀ ਜੇ ਸ਼ਕਲ ਨਹੀਂ ਨਾ ਚੱਜ ਦੀ ਗੱਲ ਚੱਜ ਦੀ ਕਰ ਲੈ ਇਹ ਗੱਲ ਤੁਹਾਡੇ ਤੇ ਲਾਗੂ ਹੁੰਦੀ ਆ ਮੇਰੇ ਤੇ ਯਾਰ ਲੈਫਟ ਜੀ ਕੰਬੀ ਜਾਂਦੀ ਆ ਕੰਬਣੀ ਤਾਂ ਆਪੀ ਆ ਭਾਰੀ ਵੱਧ ਆ ਰਣਸ਼ੇਰ ਦੇ ਸਮਾਨ ਦੇ ਨਾਲ ਲੱਗਦੇ ਹੱਥ ਮੈਂ ਵੀ 3 ਟੀ-ਸ਼ਰਟਾਂ ਲਈ ਲਈਆਂ ਮੈਂ ਟੀ-ਸ਼ਰਟਾਂ ਲੈ ਤਾਂ ਲਈਆਂ ਪਰ ਹੁਣ ਮੇਰੇ ਦਿਮਾਗ 'ਚ ਆਇਆ ਮੇਰੇ ਦਿਮਾਗ 'ਚ ਨਹੀਂ ਆਇਆ ਮੇਰੇ ਦਿਮਾਗ 'ਚ ਪਾਇਆ ਗਿਆ ਵੀ ਹੁਣ ਮੈਂ ਵੀ ਸ਼ਾਪਿੰਗ ਕਰਨੀ ਹੈ ਅੱਛਾ ਜੀ ਹੁਣ ਤੱਕ ਸੀ ਅਸੀਂ ਐਮਬੀਡੀ 'ਚ ਹੁਣ ਅਸੀਂ ਚੱਲੇ ਗ੍ਰੈਂਡ ਵਾਕ ਅੱਛਾ ਜੀ ਕਹਿੰਦੇ ਅਸੀਂ H&M ਜਾਣਾ ਹੁਣ ਮੈਂ ਆਪਦੀ ਕਲੈਰੀਫਿਕੇਸ਼ਨ ਦਵਾਂ ਹਾਂ ਜਦੋਂ ਕੋਈ ਬੰਦਾ ਟੀ-ਸ਼ਰਟ ਲੈਂਦਾ ਸੀ ਬਾਰ ਬਾਰ ਕਿਉਂ ਕਹਿੰਦਾ ਸੀ ਤੂੰ ਵੀ ਲੈ ਲੈ ਤੂੰ ਵੀ ਲੈ ਮੈਨੂੰ ਐਂ ਸੀ ਵੀ ਉੱਥੋਂ ਹੀ ਨਵੇੜਦੇ ਕੰਮ ਬਸ ਹੁਣ ਮੈਨੂੰ ਥੋੜਾ ਪਤਾ ਸੀ ਤੋ ਉੱਥੋਂ ਨਹੀਂ ਮੈਂ ਤਾਂ H&M ਤੋਂ ਲਊਂਗੀ ਕਿਉਂਕਿ ਉੱਥੇ ਜਿਹੜਾ ਮੀਡੀਅਮ ਸਾਈਜ਼ ਹੈ ਨਾ ਮੇਰੇ ਉਹ ਹੁੰਦਾ ਐਮਬੀਡੀ 'ਚ ਤਾਂ ਕਈ ਵਾਰੀ XL ਵੀ ਨਹੀਂ ਆਉਂਦਾ ਦੈਟਸ ਵਾਈ ਆਪਾਂ H&M ਤੋਂ ਕਰਾਂਗੇ ਸ਼ਾਪਿੰਗ ਸਹੀ ਗੱਲ ਕੀਤੀ ਨਾ ਜਿੱਥੇ ਬੇਇੱਜ਼ਤੀ ਜੀ ਹੋਣੀ ਬਚਦੀ ਹੋਵੇ ਉੱਥੇ ਜਾਣਾ ਚਾਹੀਦਾ ਹਮੇਸ਼ਾ ਹਾਂ ਚਲੋ ਉੱਥੇ ਮੈਂ ਵੀ ਲੈ ਲਵਾਂ ਨਾ ਕੱਦਾ ਚੀਜ਼ ਹੋਰ ਲੈ ਲਿਓ ਮੈਂ ਕਦੇ ਤੁਹਾਨੂੰ ਮਨਾ ਨਹੀਂ ਕਰਦੀ ਹੈਗੀ ਲੈ ਲਿਓ ਠੀਕ ਆ ਮੇਰੇ ਵੱਲ ਇੱਕ ਅੱਧੀ ਛੱਡੋ 2-4 ਲੈ ਲਓ ਪਤਾ ਹੀ ਆ ਜੇ ਇਹ 4 ਲਊਗਾ ਤਾਂ ਮੈਨੂੰ 5 ਦਵਾ ਦੂਗਾ ਜੇ 6 ਲਊਗਾ ਮੈਨੂੰ 8 ਦਵਾ ਦੂਗਾ ਜਿਹਨੇ ਕੁਝ ਲਿਆ ਹੀ ਨਾ ਤਾਂ ਮੈਨੂੰ ਕੁਝ ਲੈ ਕੇ ਨਹੀਂ ਦੇਣਾ ਹੈਗਾ ਸਹੀ ਬਾਤ ਹੈ ਅੱਜ ਜਿਹੜੇ ਪਹਿਲਾਂ ਰਣਸ਼ੇਰ ਦੀ ਵੀ ਸ਼ਾਪਿੰਗ ਕਰ ਲਈ ਹੁਣ ਪਿੰਦਰ ਦੀ ਹੋ ਗਈ ਹੁਣ ਰਹਿ ਗਈ ਮੈਂ ਹੁਣ ਉਹ ਮੇਰੀ ਹੋ ਗਈ ਦਰਸਲ ਇੱਕ ਗੱਲ ਸੀ ਵੈਸੇ ਮੈਂ ਤਾਂ ਲਵਾਈਸ ਸ਼ਾਪਿੰਗ ਤਾਂ ਕੀਤੀ ਆ ਜਦੋਂ ਸਾਡੇ ਬਾਹਰ ਲੈ ਆਏ ਸੀ ਨਾ ਉਹ ਮੈਨੂੰ ਕਹਿੰਦੇ ਵੀ ਤੂੰ ਲੈ ਲਾ ਮੈਨੂੰ ਪਸੰਦ ਤਾਂ ਆ ਜਾਂਦਾ ਸੀਗਾ ਪਰ ਮੈਂ ਲੈਂਦਾ ਨਹੀਂ ਸੀਗਾ ਫਿਰ ਉਹਨਾਂ ਨੇ ਪੈਸੇ ਦੇ ਦਿਆ ਕਰਨੇ ਸੀਗਾ ਫਿਰ ਉਹ ਚੰਗਾ ਨਹੀਂ ਲੱਗਦਾ ਤਾਂ ਕਰਕੇ ਮੇਰੇ ਨਾ ਕੁਛ ਟੀ-ਸ਼ਰਟਾਂ ਦਿਮਾਗ 'ਚ ਪਈਆਂ ਸੀਗੀਆਂ ਤੇ ਅੱਜ ਜਾ ਕੇ ਉਹੀ ਚੱਕੀਆਂ ਅਸੀਂ ਹਾਂਜੀ ਵਾ ਚੰਗਾ ਨਹੀਂ ਲੱਗਦਾ ਫਿਰ ਅਮਨ ਨੇ ਮੈਨੂੰ ਬਹੁਤ ਜ਼ੋਰ ਲਾਇਆ ਸੀ ਲੈ ਲਾ ਮੈਂ ਕਿਹਾ ਪਹਿਲਾਂ ਹੀ ਬਾਹਰੋਂ ਬਹੁਤ ਲੈ ਆਉਂਦਾ ਯਾਰ ਸਹੀ ਬਾਤ ਹੈ ਇੰਨੇ ਸੋਹਣੇ ਬੂਟ ਲਿਆ ਕੇ ਦਿੱਤੇ ਤੁਹਾਨੂੰ ਹੋਰ ਪਾਏ ਹੋਇਆ ਦਿਖਾਵਾਂ ਕਿ ਮੈਨੂੰ ਐਮ ਕੇ ਦੀ ਘੜੀ ਉਹ ਬਸ ਰਹਿ ਤੋ ਚਲੋ ਵੀ ਹੁਣ ਆਪਾਂ ਐਮਬੀਡੀ ਚੋਂ ਬਾਹਰ ਨਿਕਲੀਏ ਤੇ ਗ੍ਰੈਂਡ ਵਾਕ 'ਚ ਚੱਲੀਏ ਮੈਂ ਤਾਂ ਗੱਡੀ 'ਚ ਵੇਹ ਜਾਂਗਾ ਭੱਜ ਕੇ ਲੈ ਆਈ ਸ਼ਕਲ ਦਿਖਾਇਆ ਮੈਨੂੰ ਬੜੀ ਅੰਦਰ ਜਾ ਕੇ ਮੈਂ ਹਰ ਵਾਰੀ ਨਾ ਪਿੰਦਰ ਨੂੰ ਕਹਿ ਦਿੰਨੀ ਆ ਇੱਥੇ ਆ ਦੇਖੋ ਇੱਥੇ ਮੈਟ ਪਏ ਆ ਕਾਫੀ ਵੱਡੇ ਸਾਈਜ਼ ਦੇ ਨੇ ਵੀ ਉਹ ਲੈ ਕੇ ਜਾਣੇ ਆ ਅੱਜ ਮੈਨੂੰ ਕਿਸੇ ਨੇ ਕਿਹਾ ਵੀ ਸੀ ਵੀ ਤੇਰਾ ਮੈਟਾਂ ਦਾ ਫਾਹਾ ਵੱਡੂ ਮੈਂ ਪਰ ਨਹੀਂ ਇਹ ਫਿਰ ਵਿੱਚ ਹੀ ਰਹਿ ਗਿਆ ਉਹ ਮੈਟ ਲੜਕਦਾ ਰਿਹਾ ਉਹ ਬ੍ਰਾਊਨ ਜਿਹਾ ਉਹ ਜਿਹੜਾ ਬ੍ਰਾਊਨ ਪਿਆ ਚਲੋ ਨੈਕਸਟ ਟਾਈਮ ਸਹੀ ਫਿਰ ਲੈ ਜਾਾਂਗੇ ਜੇ ਕਿਸਮਤ 'ਚ ਹੋਏ ਆ ਹੀ ਜਾਣਾ ਨਹੀਂ ਜਾਣਾ ਦੇਖ ਨਹੀਂ ਰਿਹਾ ਕਰੀ ਉਹ ਸਾਡੇ ਘਰ ਹੀ ਜਾਣਾ ਵਾ ਪਰ ਸਾਈਜ਼ ਵਧੀਆ ਹੋਣੀ ਚਾਹੀਦੀ ਮੈਂ ਤੇ ਰੁੱਕ ਲੈ ਗਈ ਜਾ ਕੇ ਨਹੀਂ ਮੇਰੇ ਨਾਲ ਚੱਲੋ ਮੈਨੂੰ ਤਾਂ ਲੁੱਟ ਲੈਣਗੇ ਗੱਲੀ ਨੂੰ ਤਾਂ ਚਲੋ ਵੀ ਚੱਲੀਏ ਹੁਣ ਤੈਨੂੰ ਪਤਾ ਇਹਨਾਂ ਨੇ ਰੋਕਣੀ ਤਾਂ ਹੈ ਨਹੀਂ ਗੀ ਗੱਲਾਂ ਹੀ ਨਹੀਂ ਨਾ ਇੱਥੇ ਜਗ੍ਹਾ ਹੀ ਆ ਰੋਕਣ ਨੂੰ ਮੈਂ ਭੁੱਲੀ ਨਹੀਂ ਹੋਈ ਮੈਨੂੰ ਵੀ 4 ਸਾਲ ਹੋ ਗਏ ਬੰਦੇ ਦੇ ਨਾਲ ਰਹਿੰਦੇ ਨੂੰ 5ਵਾਂ ਲੱਗਿਆ ਹੋਇਆ ਮੈਨੂੰ ਪਤਾ ਤੁਸੀਂ ਕਹੋਗੇ 5 ਹੋ ਗਏ 6ਵਾਂ ਲੱਗਿਆ ਹੋਇਆ ਵਾਹਿਗੁਰੂ 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 ਆਵੇ ਨਾ ਬਾਬੇ ਨੇ ਸੁਣ ਲਈ ਪਵਨ ਨੂੰ ਚੀਜ਼ਾਂ ਤਾਂ ਪਸੰਦ ਆ ਗਈਆਂ ਪਰ ਲੈਣ ਬਹੁਤ ਵੱਡੀ ਆ ਅੱਧਾ ਘੰਟਾ ਤਾਂ ਪੱਕਾ ਪਵਨ ਅੱਜ ਐਤਵਾਰ ਆ ਕੱਲ੍ਹ ਨੂੰ ਸੋਮਵਾਰ ਹੋਊਗਾ ਕੱਲ੍ਹ ਨੂੰ ਤਾਂ ਆਪਾਂ ਚਲੇ ਜਾਣਾ ਪਿੰਡ ਨੂੰ ਕੱਲ੍ਹ ਨੂੰ ਤਾਂ ਆਪਾਂ ਰਣਸ਼ੇਰ ਦੀ ਟਿਕਟ ਬਣਾ ਪਰਸੋਂ ਨੂੰ ਪੱਕਾ
ਹੈ ਪਰਸੋਂ ਨੂੰ ਆਪਾਂ ਜਾਣਾ ਵਾ ਫਿਰ ਅੱਜ ਹੀ ਲੈ ਲਾ ਖੜ ਜਾ ਹੌਂਸਲਾ ਕਰਕੇ ਲਾਈਨ ਚ ਵੀ ਲੱਗ ਗਏ ਸੀਗੇ ਪਰ ਜਦੋਂ 15-20 ਮਿੰਟ ਉੱਥੇ ਇੱਕ ਕਸਟਮਰ ਨੂੰ ਲੱਗ ਰਹੇ ਸੀ ਉੱਥੇ ਜਾ ਕੇ ਹੌਂਸਲਾ ਟੁੱਟ ਗਿਆ ਵੀ ਹੁਣ ਘੰਟਾ ਡੇਢ ਘੰਟਾ ਲਾਈਨ ਚ ਨਹੀਂ ਖੜ ਹੋਣਾ ਹੈਗਾ ਮੈਂ ਤੁਹਾਨੂੰ ਇੱਕ ਰਾਏ ਦਊਂਗਾ ਸੰਡੇ ਨੂੰ ਸ਼ਾਪਿੰਗ ਕਰਨ ਲੁਧਿਆਣੇ ਕਦੇ ਨਾ ਆਓ ਕੱਲ ਨੂੰ ਆਉਂਗੀ ਮੈਂ ਫਿਰ ਹਾਂ ਸੰਡੇ ਨੂੰ ਕਹਿੰਦੇ ਅੱਜ ਤਾਂ ਹਲੇ ਪਿਆਬੀ ਫਿਲਮ ਕੋਈ ਲੱਗੀ ਨੀ ਸੀ ਹੋਈ ਮਤਲਬ ਪੁਰਾਣੀ ਇਹ ਚੱਲਦੀਆਂ ਸੀ ਮੈਂ ਉਹ ਚੱਲ ਲੱਗੀ ਹੋਈ ਸੀਗੀ ਜੱਟ ਨੂੰ ਚੜੇ ਟੱਕਰੀ ਉਹ ਵੀ ਕਾਫੀ ਦਿਨ ਹੋ ਗਏ ਮਤਲਬ ਜੇ ਤਾਂ ਫਿਲਮ ਲੱਗੀ ਹੋਈ ਆ ਫਿਰ ਤਾਂ ਪੱਕਾ ਹੀ ਨਾ ਆਓ ਜੇ ਕੋਈ ਊਂ ਵੀ ਲੱਗੀ ਆ ਤਾਂ ਐਤਵਾਰ ਦਾ ਨਾ ਹੀ ਆਓ ਯਾਰ ਸਹੀ ਗੱਲ ਆ ਹਰੇਕ ਜਗ੍ਹਾ ਲਾਈਨ ਤੁਹਾਨੂੰ ਮਿਲੂਗੀ ਹੀ ਮਿਲੂਗੀ H&M ਹੋ ਗਿਆ ਤੇ ਕੋਈ ਫਿਲਮ ਦੇਖਣੀ ਹੋ ਗਿਆ MBD ਮਾਲ ਹੋ ਗਿਆ ਵੇਵ ਮਾਲ ਹੋ ਗਿਆ ਇੱਧਰ ਪਾਰਕਿੰਗ ਨਹੀਂ ਮਿਲਦੀ H&M ਚ ਵਾਰੀ ਨਹੀਂ ਆਉਂਦੀ ਹਾਂ ਜੇ ਤੁਸੀਂ ਟੌਮੀ ਹਿਲ ਫਿਕਰ ਜਾਣਾ ਗੈਸ ਜਾਣਾ ਅਰਮਾਨੀ ਜਾਣਾ ਜੀ ਸਦਕੇ ਆਓ ਜਦੋਂ ਮਰਜ਼ੀ ਆਓ ਚਲੋ ਵੀ ਹੁਣ ਆਪਾਂ ਠੰਡੇ ਜਿਹੇ ਹੋ ਕੇ ਚੱਲੀਏ ਘਰ ਨੂੰ ਪਿੰਦਰ ਖੋਲ ਲਈ ਬਟ ਮੈਂ ਕੱਲ ਨੂੰ ਆਉਣਾ ਹੀ ਆਉਣਾ ਵਾ ਯਾਰ ਕੱਲ ਨੂੰ ਰੁਸ਼ੇ ਦੇ ਟੀਕਾ ਲਵਾਉਣਾ ਮੈਂ ਕੀਤਾ ਹਾਂ ਜਦੋਂ ਰੁਸ਼ੇ ਦੇ ਟੀਕਾ ਲਵਾਉਣਾ ਮੈਂ ਉਦੋਂ ਬਾਅਦ ਆਵਾਂਗੇ ਚੀਜ਼ਾਂ ਤਾਂ ਮੈਂ ਸਿਲੈਕਟ ਕਰੇ ਆਈ ਬਸ ਚੱਕ ਕੇ ਉਹਨਾਂ ਦਾ ਬੇਲੀ ਕਰਾ ਲਿਆ ਉਹਨਾਂ ਦੀ ਪਈਆਂ ਕੱਲ ਨੂੰ ਵਿਕ ਜਾਣ ਹੁਣ ਯਾਰ ਅੱਜ ਨਹੀਂ ਵਿਕਦੀਆਂ ਨਹੀਂ ਵਿਕਦੀਆਂ ਚਲੋ ਵੀ ਚੱਲੀਏ ਹੈਲੋ ਰਣਛੇਰ ਹਾਂਜੀ ਹਾਂਜੀ ਇਥੋਂ ਇਹਦਾ ਪੱਕਾ ਹੀ ਯਾਰ ਗੱਡੀ ਚ ਬਹਿਣਾ ਹੀ ਹੁੰਦਾ ਵਾ ਆ ਜਾ ਪੁੱਤ ਆ ਜਾ ਚੱਲ ਬਾਏ ਚੱਲ ਆ ਜਾ ਦਾਦੂ ਕੋਲ ਜਾਣਾ ਨੀ ਹੁਣ ਬਰਾਗਣ ਲੱਗ ਗਿਆ ਰਣਸ਼ੇਰ ਨੂੰ ਰਣਸ਼ੇਰ ਦਾ ਟੋਏ ਮਿਲ ਗਿਆ ਮਿਲ ਗਿਆ ਡੇਡਾ ਲਿਆਇਆ ਸੀ ਮੰਮਾ ਲੈ ਆਈ ਸੀ ਡੇਡਾ ਕਿਸ ਲੈ ਕੇ ਆਈ ਮੰਮਾ ਲੈ ਕੇ ਆਈ ਸੀ ਹਾਂ ਮੰਮਾ ਹਾਂ ਲੈ ਕੇ ਆਈ ਸੀ ਮੰਮਾ ਲੈ ਕੇ ਮੰਦੇ ਦੇ 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 ਯਾਰ ਇੱਕ ਦੇ ਦੇ ਇੱਕ ਦੇ ਦੇ ਚੱਲ ਬਜਾ ਲਾ ਆ ਤਾਂ ਵਧੀਆ ਅਤੇ ਆਈ ਸੀਗਾ ਉਹ ਡੱਕੇ ਨਹੀਂ ਜੋ ਇਹੋ ਜਿਹਾ ਸੀਗਾ ਨਾਲ ਦੂਜਾ ਇੱਕ ਡੱਕੇ ਲੱਭੇ ਨਹੀਂ ਜੋ ਕੱਲਾ ਹੱਥਾਂ ਨਾਲ ਦੱਬਣ ਵਾਲੇ ਮੈਂ ਨੱਚਣਾ ਇੰਗਲਿੰਗ ਡਿੰਗਲਿੰਗ 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 ਡਿੰਗਲਿੰਗ